गुड मॉर्निंग बाबे, की हाल चाल ने सारा दे? आस करदा सारे ठीक ठाक होंगे। आपां भी चढ़दी गला च ते सवेर दे बजे आ बई 5। हुणे हुणे कम्म तो आए हां, रात दी दिहाड़ी ला के शिफ्ट ला के आए हां डीपीडी चों। हुणे आए हां कम्म तो ते 8 बजे अपनी हैगी आ यूनी दी बस, है ना। अज यूनी जाणा, तुहानूं दिखावांगे बाबे अज दे ब्लॉग दे विच यूनी अपनी वी किद्दां दी यूनी आ ना, ते किन्नी कु दूर हैगी। 3 घंटे दूर इत्थों बर्मिंघम तों बासपा यूनीवर्सिटी अपनी, ਤੁਹਾਨੂੰ ਦਿਖਾਵਾਂਗੇ ਕਿਵੇਂ ਦੀ ਨਾ ਪਹਾੜਾਂ ਜਾਂ ਸਾਡੀ ਯੂਨੀਵਰਸਿਟੀ। ਅਤੇ ਦੇਖਿਓ ਹੁਣ ਝੱਟ ਕਿੱਦਾਂ ਦੀ ਯੂਨੀਵਰਸਿਟੀ ਹੁੰਦੀਆਂ, ਥੋੜ੍ਹੀ ਜਿਹੀਆਂ ਓਲਡ ਸਕੂਲ ਜੀ। ਮੀਂਹ ਪਈ ਜਾਂਦਾ ਬਾਬੇ, ਉਹ ਕੱਲ੍ਹ ਦਾ ਮੀਂਹ ਨੇ ਤਾਂ ਹਨੇਰੀਆਂ ਲਿਆ ਰੱਖੀਆਂ ਇੱਥੇ, ਹੈ ਨਾ। ਉਹਦੀ ਪਿਆ ਹੁੰਦਾ ਮਾੜਾ ਮਾੜਾ ਜਿਹਾ ਆਈ ਜਾਂਦਾ ਰਹਿੰਦਾ, ਐਂ ਵੀ ਨਹੀਂ ਹੈਗਾ ਮੀਂਹ, ਹੈ ਨਾ, ਵੀ ਪੂਰਾ ਹੀ ਬੰਦੇ ਨੂੰ ਪੂਰਾ ਹੀ ਭਰ ਦਿੰਦਾ ਮੀਂਹ ਨਾਲ, ਗਿੱਲਾ ਕਰ ਦਿੰਦਾ, ਹੈ ਨਾ। ਗਿੱਲਾ ਕਰ ਦਿੰਦਾ, ਬਸ ਥੋੜ੍ਹਾ ਥੋੜ੍ਹਾ ਕਰ ਦਿੰਦਾ ਗਿੱਲਾ, ਹੈ ਨਾ। ਅਤੇ ਦਿਖਾਉਂਦੇ ਆ ਤੁਹਾਨੂੰ ਮਾਹੌਲ ਕਿਵੇਂ ਹੋ ਜਾਂਦਾ ਮੀਂਹ ਦੇ ਕਰਕੇ। ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ, ਹੱਥ ਠਾਰਦੀ ਆ ਪੂਰੇ। ਆਹ ਦੇਖੋ ਬਈ ਮੁੰਡਾ, ਇਹ ਵੀ ਆਪਣੇ ਨਾਲ ਆਇਆ ਸ਼ਿਫਟ ਤੋਂ। ਹਾਂ ਬਈ, ਕੀ ਨਾਂ ਤੇਰਾ? ਦੱਸ ਦੇ। ਖੰਨੇ ਵਾਲਾ ਮੁੰਡਾ, ਕਹਿੰਦੇ ਕਹਿੰਦੇ ਚੋਬਰ ਪੂਰਾ, ਇਹ ਦਿਹਾੜੀਆਂ ਪੂਰੀਆਂ ਲਾਉਂਦਾ ਮੁੰਡਾ, ਇਹ ਜਿੱਥੇ ਵੀ ਜਾਂਦਾ ਇਹ ਬੰਦਾ ਮੈਨੂੰ ਟੱਕਰ ਟੱਕਰਦਾ ਬਾਬਿਓ। ਥੋੜ੍ਹਾ ਜਿਹਾ ਬਾਬਿਓ ਮੈਂ ਆਪਦੀ ਜੋਬ ਬਾਰੇ ਦੱਸ ਦਿੰਦਾ। ਮੈਂ ਵੇਅਰ ਹਾਊਸ 'ਚ ਜੋਬ ਕਰਦਾ ਗਾ, DPD ਦੇ ਵੇਅਰ ਹਾਊਸ ਆ, ਜਿਵੇਂ ਕੋਰੀਅਰ ਹੁੰਦੇ, ਹੈ ਨਾ, ਆਪਾਂ ਪਾਰਸਲ ਵਗੈਰਾ ਹੁੰਦੇ ਆ ਉਹ ਵੇਅਰ ਹਾਊਸ ਹੁੰਦੇ ਆ, ਟ੍ਰੇਨਰ ਲੋਡ ਅਨਲੋਡ ਕਰਨੇ ਹੁੰਦੇ ਆ, ਉਹ ਆਪਣਾ ਕੰਮ ਆ, ਹੈ ਨਾ ਬਾਬੇ। ਕੰਮ ਠੀਕ ਆ, ਕੰਮ ਤਾਂ ਔਖਾ ਯਾਰ, ਪਰ ਐਂ ਕੰਮ ਤਾਂ ਕੋਈ ਵੀ ਨਹੀਂ, ਸਾਰੇ ਹੀ ਔਖੇ ਹੁੰਦੇ ਯਾਰ, ਸਾਰੇ ਹੀ ਸੌਖੇ ਹੁੰਦੇ, ਹੈ ਨਾ ਕੰਮ ਤਾਂ। ਅਤੇ ਪਰ ਇਹ 'ਚ ਐਂ ਆ, ਇਹਦੇ ਵਿੱਚ ਪੇ ਰੇਟ ਚੰਗਾ ਮਿਲ ਜਾਂਦਾ, ਹੈ ਨਾ, ਬਾਕੀ ਕੰਮਾਂ ਨਾਲੋਂ। ਅਤੇ ਇੱਥੇ ਪੇ ਰੇਟ ਚੰਗਾ ਮਿਲ ਜਾਂਦਾ ਪਰ ਆਰ ਦਾ, ਇਹ ਚੀਜ਼ ਵਧੀਆ ਇਹਨਾਂ ਦੀ ਯਾਰ, ਜਿਹੋ ਜਿਹਾ ਦੁੱਖ ਆ ਉਹੋ ਜਿਹਾ ਸੁੱਖ ਵੀ ਹੈ, ਚਲੋ ਕੋਈ ਚੱਕਰ ਨਹੀਂ, ਹੈ ਨਾ। ਅਤੇ ਇਹ ਨਾਈਟ ਸ਼ਿਫਟ ਲਾ ਕੇ ਆਇਆ ਮੈਂ 7 ਘੰਟਿਆਂ ਦੀ, 9 ਵਜੇ ਸਟਾਰਟ ਹੋਈ ਸੀਗੀ ਮੇਰੀ, 4 ਵਜੇ ਖਤਮ ਹੋਈ ਸੀ। ਅਤੇ ਘੰਟਾ ਕੁ ਜਾਣ ਆਉਣ 'ਤੇ ਲੱਗ ਜਾਂਦਾ ਗਾ ਵੇਅਰ ਹਾਊਸ 'ਚ, ਹੈ ਨਾ। ਅਤੇ ਚਲੋ ਹੁਣ ਮੇਨ ਟੌਪਿਕ 'ਤੇ ਆਉਣੇ ਆ ਬਾਬਿਓ, ਤੁਹਾਨੂੰ ਦਿਖਾਉਣੀ ਹੈ ਯੂਨੀਵਰਸਿਟੀ ਅੱਜ, ਹੈ ਨਾ। ਅਤੇ ਵਧੀਆ ਯਾਰ ਯੂਨੀਵਰਸਿਟੀ ਆਪਣੀ, ਪਰ ਬਾਹਰ ਬਾਹਰ ਜੇ ਯਾਰ, ਉਹਦੇ ਫਾਇਦੇ ਵੀ ਆ ਨੁਕਸਾਨ ਵੀ ਆ। ਨੁਕਸਾਨ ਜੇ ਆਏ ਆਗੇ ਵੀ 1/2 ਘੰਟਾ ਹੋਰ ਲੱਗਦਾ, ਹੈ ਨਾ, ਉਦੋਂ ਬਾਅਦ ਪਹਿਲਾਂ ਸਿਟੀ ਜਾਂਦੇ ਹਾਂ, ਬਾਸ ਸਿਟੀ ਜਾਂਦੇ ਹਾਂ, ਫਿਰ ਬਾਸਪਾ ਯੂਨੀਵਰਸਿਟੀ ਜਾਂਦੇ ਹਾਂ, 1/2 ਘੰਟਾ ਹੋਰ ਲੱਗ ਜਾਂਦਾ ਅੱਗੇ। ਉਹੀ ਜੇ ਟਾਊਨ ਦੇ ਵਿੱਚ ਹੋਵੇ ਯੂਨੀਵਰਸਿਟੀ ਆਪਣੀ, ਸਿੱਧਾ ਬੰਦਾ ਟਾਊਨ ਉੱਥੇ ਉਤਰੇ, ਹੈ ਨਾ, ਕੋਈ ਟਾਈਮ ਵੇਸਟ ਨਹੀਂ, ਕੋਈ ਮਨੀ ਵੇਸਟ ਨਹੀਂ। ਅਤੇ ਇੱਕ ਜਿੱਧਰ ਆਪਣੀ ਯੂਨੀਵਰਸਿਟੀ ਆ ਉੱਧਰ ਸਾਰੇ ਗੋਰੇ ਆ, ਸਾਰੇ ਗੋਰੇ ਹੀ ਰਹਿੰਦੇ, ਉੱਥੇ ਤੁਹਾਨੂੰ ਪੰਜਾਬੀ ਕੋਈ ਦੇਖਣ ਨੂੰ ਨਹੀਂ ਮਿਲੂਗਾ। ਚਲੋ ਹੁਣ ਤਾਂ ਆਪਣੇ ਸਟੂਡੈਂਟ ਤਾਂ ਦੇਖ, ਯੂਨੀਵਰਸਿਟੀ ਦਾ ਦੇਖਣ ਨੂੰ ਮਿਲਣਗੇ, ਬਟ ਜਿਹੜੀ ਬਾਥ ਸਿਟੀ ਹੈ ਨਾ, ਉਹ ਸਾਰੇ ਗੋਰਿਆਂ ਦੀ ਸਿਟੀ ਆ ਬਾਬਿਓ। ਉਹ ਕਹਿੰਦੇ ਰੋਮਨਸ ਸੀਗੇ ਜਿਹੜੇ, ਹੈ ਨਾ, ਉਹਨਾਂ ਨੇ ਉਹ ਮਤਲਬ ਕਿ ਸ਼ਹਿਰ ਵਸਾਇਆ ਸੀਗਾ, ਵਸਾਇਆ ਨਹੀਂ ਵਸਾਇਆ ਸੀ, ਸ਼ਹਿਰ ਵਸਾਇਆ ਸੀ। ਅਤੇ ਜਿੱਦਾਂ ਉਹ ਕਹਿੰਦੇ ਆਪਦੇ ਬਾਥ ਨੂੰ ਮਤਲਬ ਕਿ, ਹੈ ਨਾ, ਰੋਮਨਸ ਜਿਹੜੇ ਉਹਨਾਂ ਨੇ ਆਪਦੇ ਬਾਥ ਲਈ ਬਣਾਇਆ ਸੀਗਾ, ਉਹ ਜਿਹੜੀਆਂ ਬਿਲਡਿੰਗਾਂ ਸੀ, ਹੈ ਨਾ, ਉਹ ਫਿਰ ਹੁਣ ਹਿਸਟੋਰੀਕਲ ਪਲੇਸਿਸ ਬਣ ਗਈਆਂ ਉੱਥੇ, ਅਤੇ ਟੂਰਿਸਟ ਬਹੁਤ ਘੁੰਮਣ ਆਉਂਦੇ ਆ ਬਾਬੇ ਉੱਥੇ। ਅਤੇ ਪਹਾੜਾਂ ਇਹ 'ਚ ਆਪਣੀ ਯੂਨੀਵਰਸਿਟੀ, ਐਂ ਪੂਰੀ ਚਾਹ ਲੱਗਦਾ ਜਿਵੇਂ ਸ਼ਿਮਲੇ ਆ ਗਏ ਬਸ, ਹੈ ਨਾ, ਇਹੀ ਯੂਨੀਵਰਸਿਟੀ, ਇਹੀ ਫੀਲਿੰਗ ਆਉਂਦੀ ਆ ਉੱਥੇ। ਪਹਾੜਾਂ ਤਾਂ ਉੱਚੇ 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 ਨੀਵਾਂ ਆ, ਇੱਥੇ ਇਹੀ ਗੱਲ ਆ ਬਾਬੇ ਉਹਨਾਂ ਦੀ, ਕੀ ਘੈਂਟ ਆ। ਆਪਾਂ ਪਹੁੰਚ ਗਏ ਘਰੇ, ਅਤੇ ਬਿਠਾਉਂਦੇ ਆ ਹਰਦੀਪ ਨੂੰ, ਹਰਦੀਪ ਆਪਣੇ ਨਾਲ ਆ, ਤੁਹਾਨੂੰ ਪਤਾ ਹੀ ਆ, ਪਿਛਲੇ ਬਲੌਗ 'ਚ ਵੀ ਦੇਖਿਆ ਹੋਇਆ ਹਰਦੀਪ ਨੂੰ, 2-3 ਬਲੌਗਾਂ 'ਚ ਦੇਖਿਆ ਹੋਊਗਾ। ਉਹ ਆਪਣੇ ਆਪਾਂ ਇਕੱਠੇ ਰਹਿੰਦੇ ਹਾਂ, ਅਤੇ ਸਾਡੀ ਯੂਨੀਵਰਸਿਟੀ ਵੀ ਸੇਮ ਆ, ਅਤੇ ਸਾਡੀ ਯੂਨੀਵਰਸਿਟੀ ਵੀ ਸੇਮ ਆ, ਕੋਰਸ ਵੀ ਸੇਮ ਆ, ਮੋਡਿਊਲ ਵੀ ਸੇਮ ਆ। ਅਸੀਂ ਪਿੰਡੋਂ ਵੀ ਇਕੱਠੇ ਇੱਕੋ ਫਲਾਈਟ 'ਤੇ ਆਏ ਸੀ, ਇੱਕੋ ਗੱਡੀ 'ਤੇ ਆਏ ਸੀ ਏਅਰਪੋਰਟ ਤੱਕ, ਹੈ ਨਾ, ਉਦੋਂ ਦੇ ਨਾਲ ਹੀ ਅਸੀਂ ਬਾਬਿਓ, ਗਹਿ ਗੱਡਮੀ ਜਾਰੀ ਪੈ ਗਈ ਕਹਿੰਦੇ ਮੁੰਡਿਆਂ ਦੀ। ਚਲੋ ਹੁਣ ਬਾਬਿਓ ਤੁਹਾਨੂੰ ਮਿਲਦੇ ਹਾਂ, ਤਿਆਰ ਸ਼ਿਆਰ ਹੋ ਕੇ ਮਿਲਦੇ ਹਾਂ, ਹਰਦੀਪ ਦੇ ਨਾਲ ਮਿਲਾਂਗੇ। ਅਤੇ ਤਦ ਤੱਕ ਲਈ ਬਣੇ ਰਹੋ ਵੀਡੀਓ ਦੇ ਵਿੱਚ ਬਾਬਿਓ। ਬਾਬਿਓ ਪਹੁੰਚ ਗਏ ਜਿੱਥੇ ਆਪਣੀ ਬੱਸ ਚੱਲਣੀ ਆ, ਬੱਸ ਖੜ੍ਹੀ ਆ ਆਪਣੀ, ਅਤੇ ਸਿੱਧੀ ਯੂਨੀਵਰਸਿਟੀ ਨੂੰ ਜਾਊਗੀ। ਆਹ ਬੱਸ ਆ ਬਾਬਿਓ, ਜਹਾਜ਼ ਹੀ ਆ ਬੱਸ ਕਾਹਦਾ, ਚਲੋ ਚੱਲੀ ਅੰਦਰ। ਆ ਬੈਠਾ ਹਰਦੀਪ ਆਪਣਾ। ਹਾਂ ਵੀਰਦੀਪ, ਕੀ ਹਾਲ ਨੇ, ਕਿਵੇਂ ਪੂਰਾ ਠੀਕ? 2-4 ਮਿੰਟ ਰਹਿ ਗਏ ਬਾਬੇ ਬੱਸ ਚੱਲਣ 'ਚ, ਟਾਈਮ ਦੇ ਪੂਰੇ ਪਾਬੰਦ ਹੁੰਦੇ ਆ, ਪੂਰੇ ਟਾਈਮ 'ਤੇ ਚੱਲ ਕੇ ਨਹੀਂ ਦਿਖਾਉਣੇ ਫਿਰ ਸਾਨੂੰ ਅੱਗੇ ਯੂਨੀਵਰਸਿਟੀ ਆਪਣੇ।
ਉਹ ਜੀ ਕਹਿੰਦੇ ਜੂਨੀਅਰ ਵੀ ਬਸ ਫੜ ਲਈ ਹੈ ਜੋਬਰਾਂ ਨੇ ਸਿੱਧਾ ਇਹਨੇ ਜੂਨੀ ਕੋਲ ਉਤਾਰਨਾ ਰਜਿਸਟਰ ਤੋਂ ਬਾਸਪਾ ਯੂਨੀਵਰਸਿਟੀ ਅੱਧਾ ਬੜਾ ਘੱਟਾ ਲੱਗਣਾ ਇੱਥੋਂ ਫਿਰ ਅੱਗੇ ਤੁਹਾਨੂੰ ਪੈਦਲ ਯਾਤਰਾ ਦਿਖਾਵਾਂਗੇ ਕਿੱਦਾਂ ਯੂਨੀਵਰਸਿਟੀ ਕਿੰਨੀ ਕੁ ਚੜ੍ਹਾਈ ਹੈ ਬੱਸ ਹੋ ਜਾਂਦੀ ਹੈ ਕਰਦੇ ਹਾਂ ਵਿਚਾਰ ਨਾਲੇ ਹਰਦੀਪ ਸਿੰਘ ਨਾਲ ਅੱਗੇ ਵੀ ਯੂਨੀਵਰਸਿਟੀ ਬਾਰੇ ਕੀ ਵਿਚਾਰ ਨੇ ਸ਼ੁਭ ਵਿਚਾਰ ਦੇਣਗੇ ਹਰਦੀਪ ਸਿੰਘ ਜੀ ਕੁਝ ਹੀ ਪਲਾਂ ਦੇ ਵਿੱਚ ਕਿਉਂ ਹਰਦੀਪ ਹਾਂ ਜਾਂਦੇ ਹਾਂ ਯੂਨੀਵਰਸਿਟੀ ਫਿਰ ਦੇਖਦੇ ਹਾਂ ਥੋੜ੍ਹਾ ਬਿਜ਼ੀ ਹੈ ਮੁੰਡਾ ਹਜੇ ਡਿਊ ਟੂ ਸਮ ਵਰਕ ਯਾ ਮਿਲਦੇ ਅੱਗੇ ਬਾਬੇ ਹਾਂਜੀ ਕਰੋ ਚੈੱਕ ਮਾਹੌਲ ਫਿਰ ਜ਼ਿਆਦਾ ਹਿੱਲੀ ਏਰੀਆ ਆ ਇਹ ਪਹਾੜ ਜੀ ਹੈ ਜ਼ਿਆਦਾ ਇੱਧਰ ਹਜੇ ਆਪਣੀ ਯੂਨੀਵਰਸਿਟੀ ਦਿਖਾਉਂਦੇ ਹਾਂ ਬੱਸ ਆਊਗੀ ਆਪਣੀ ਹਜੇ ਯੂਨੀਵਰਸਿਟੀ ਵਾਲੀ ਜਿਹੜੀ ਅੰਦਰ ਲੈ ਕੇ ਜਾਊਗੀ ਨੋ ਗੇਟ ਦੇਖੋ ਬਾਬੇ ਯੂਨੀਵਰਸਿਟੀ ਦਾ ਇੱਦੂ ਚੰਗੇ ਤਾਂ ਆਪਣੇ ਤਲਵੰਡੀ ਸਾਬੂ ਸੀਗੀ ਐਂਟਰੀ ਗੇਟ ਤਾਂ ਸੋਹਣਾ ਬਣਿਆ ਹੁੰਦਾ ਆਪਣੇ ਪੂਰਾ ਐਂ ਲਿਖਿਆ ਹੁੰਦਾ ਵੱਡੇ ਵੱਡੇ ਅੱਖਰਾਂ 'ਚ ਇੱਥੇ ਇਕੱਲਾ ਪੋਸਟਰ ਜਿਹਾ ਲਾ ਰੱਖੇ ਇਹਨਾਂ ਨੇ ਪਾਲਕ ਵੀ ਪਾਲਕ ਤੋੜ ਕੇ ਲੱਗ ਜਾਂਦਾ ਗਾਵਾਂ ਜੀ ਵੀ ਖੜੀਆਂ ਹੁੰਦੀਆਂ ਸਿੱਧਰ ਸਾਗ ਬਣਾਵਾਂ ਗਾਵਾਂ ਜੀ ਹੈ ਨਹੀਂ ਅੱਜ ਹਾਂ ਥੋੜ੍ਹਾ ਪਾਸੇ ਉਹ ਰੋਡ ਜਾਮ ਕਰੀ ਜਾਂਦਾ ਸਾਡਾ ਟਿੱਬਿਆਂ ਦੇ ਵਿੱਚ ਪਿੰਡ ਘੋੜੇ ਇੱਥੇ ਯੂਨੀਵਰਸਿਟੀ ਡਿੱਬਿਆਂ ਦੇ ਐਮ ਏ ਪਾ ਬੱਸ ਤੇ ਆਪਾਂ ਡਰਾਈਵਰ ਦਾ ਵੀ ਇੰਟਰਵਿਊ ਕਰਨਾ ਵੀ ਹਾਂ ਕਿ ਪੈਸੇ ਬਣਦੇ ਕੀ ਨਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਭ ਕੁਛ ਦੇਖਣ ਨੂੰ ਮਿਲੂਗਾ ਵਿਦ ਇੰਗਲਿਸ਼ ਗਰਲਸ ਨਿੱਕੀ ਸੜਕਾਂ ਬਾਬੇ ਥੱਲੇ ਕਿਤਾਬਾਂ ਡਿੱਗਵੇ ਤਾਂ ਵੱਜਦੇ ਨੇ ਹੋ ਜਾਂਦੀ ਹੈ ਬੈਗ ਰਾਤ ਹੀ ਬੈਗ ਝੂਟੇ ਨੇ ਬਸ ਇੱਥੇ ਰਿਸਪੈਕਟ ਜ਼ਿਆਦਾ ਦਿੰਦੇ ਹੈ ਨਾ ਇੱਕ ਦੂਜੇ ਨੂੰ ਆਪਣਾ ਇਹਦਾ ਧੱਕਣ ਨੂੰ ਕਰਦੇ ਆ ਵੀ ਚਲ ਮੈਨੂੰ ਜਾਣ ਦੇ ਪਹਿਲਾਂ ਇੱਥੇ ਹਰਦੀਪ ਵਰਗੇ ਲੈ ਕੇ ਅਲਟੋ ਆਈਆਂ ਮਾਣ ਹੀ ਨਹੀਂ ਐਂ ਪਤਾ ਰੋਡਵੇਜ਼ ਦੇ ਮੂਹਰੇ ਲਾ ਦੇਣਾ ਪਹਿਲਾਂ ਚੜ੍ਹਾਈ ਸੀ ਹੁਣ ਰੋਡ ਹੈ ਨਹੀਂ ਇਹ ਇਹ 12 ਵਜੇ ਲੱਗ ਜਾਂਦੀ ਹੈ ਚੜ੍ਹ ਗਈ ਹੋਈ ਹੈ ਚੜ੍ਹਾਈ ਤੁਰ ਕੇ ਬਹੁਤ ਜ਼ੋਰ ਲੱਗਦਾ ਬਾਬੇ ਬੱਸ ਦਾ ਹੀ ਲੱਗਦਾ ਆਪਣਾ ਗਲਾ ਲੱਗਦਾ ਬਸ ਇਹ ਜੀ ਯੂਨੀਵਰਸਿਟੀ ਆਹ ਯੂਨੀਵਰਸਿਟੀ ਹੈ ਕਿਤੇ ਸੁਣ ਲੱਗਦਾ ਹੋਵੇ ਘਰ ਘੁਰ 'ਚ ਇਹ ਯੂਨੀਵਰਸਿਟੀ ਹੈ ਸਾਰੀ ਰੋਡਵੇਜ਼ ਵਾਲਾ ਕੰਮ ਹੀ ਹੋਇਆ ਪਿਆ ਬਾਬੇ ਅੰਦਰ ਦਾ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਸੀਸਾ ਨਾ ਕੋਈ ਬਾਰੀ ਹਾਂ ਵੀ ਹਰਦੀਪ ਸਿੰਘ ਆ ਜਾ ਹੁਣ ਆ ਜਾ ਕੇ ਹੁਣ ਪੈਸੇ ਭਾਲ ਦੇ ਤੂੰ ਵੀ ਵਾਪਸ ਕਰ ਪਿੰਡ ਪੜਿਆ ਨਹੀਂ ਗਿਆ ਇਹਨਾਂ ਤੋਂ ਇੱਥੇ ਆ ਕੇ ਪੜਨਗੇ ਹਰਦੀਪ ਮੈਂ ਤੁਸੀਂ ਜਾਣਦੇ ਹੋ ਇਹਦਾ ਆਪਣਾ ਸੇਮ ਕੋਰਸ ਹੀ ਆ ਅਤੇ ਬਾਈ ਮਿਲਿਆ ਬਾਈ ਨਾਮ ਕੀ ਆਪਣਾ ਨਾਮ ਕੀ ਆਪਣਾ ਰਮਨਜੋਤ ਇਹਦਾ ਵੀ ਆਪਣਾ ਸੇਮ ਹੀ ਕੋਰਸ ਆ ਬਾਈ ਹੈ ਨਾ ਅਤੇ ਕਿਹੜਾ ਕੋਰਸ ਆ ਬਾਈ ਮਾੜਾ ਦੱਸੋ ਨਾਂ ਕੀ ਆ ਮੇਰਾ ਐਮ ਏ ਬਿਜ਼ਨਸ ਐਂਡ ਮੈਨੇਜਮੈਂਟ ਹੈ ਜੀ ਕਿੰਨੇ ਚਿਰ ਦਾ ਬਾਈ ਹੈ
ਮਿਲੀ ਹੈ ਚਲੋ ਕੋਈ ਨੀ ਦਿੰਦੇ ਨੀ ਸਕਾਲਰਸ਼ਿਪ ਨਹੀਂ ਦਿੰਦੇ ਸਕਾਲਰਸ਼ਿਪ ਦਾ ਭਾਈ ਇੱਦਾਂ ਵਾ ਕਿ ਜਿਹੜੇ ਪਹਿਲੇ 200 ਬੱਚਾ ਹੁੰਦਾ ਵਾ ਯੂਨੀਵਰਸਿਟੀ ਦਾ ਉਹਨਾਂ ਨੂੰ ਮਿਲਦੀ ਆ ਕਿੱਦਾਂ ਲੱਗਿਆ ਐਕਸਪੀਰੀਅੰਸ, ਕਿਵੇਂ ਲੱਗੀ ਯੂਨੀਵਰਸਿਟੀ ਵੀ, ਠੀਕ ਆ ਮਾਹੌਲ ਜਾਂ ਕਿਵੇਂ ਪੜ੍ਹਾਈ, ਕਿਵੇਂ ਔਖੀ ਸੌਖੀ ਕਿਵੇਂ ਲੱਗੀ? ਯੂਨੀਵਰਸਿਟੀ ਤਾਂ ਬਹੁਤ ਵਧੀਆ ਵਾ, ਇੰਡੀਆ ਨਾਲੋਂ ਤਾਂ ਟੋਟਲੀ ਡਿਫਰੈਂਟ ਆ। ਹਾਂ, ਇੰਡੀਆ ਨਾਲੋਂ ਤਾਂ ਕਹੀਏ ਤਾਂ ਈਜ਼ੀ ਵੀ ਆ, ਈਜ਼ੀ ਵੀ ਆ, ਕੁਛ ਸਿੱਖਣ ਨੂੰ ਜ਼ਿਆਦਾ ਇੱਥੇ। ਇੱਕ ਇਹ ਬੇਸਿਕ ਚੀਜ਼ਾਂ ਇਹਨੂੰ ਇੰਨਾ ਐਕਸਪਲੇਨ ਕਰਦੇ ਹਨ, ਜਿਵੇਂ ਆਪਣਾ ਕਹਿੰਦੇ ਵੀ ਤਾਂ ਤੁਸੀਂ ਆਪ ਹੀ ਪੜ੍ਹ ਲਓ, ਇਹਦਾ ਬੇਸਿਕ ਜਿਹਾ ਹੈ ਨਾ, ਇਹ ਬੇਸਿਕ ਚੀਜ਼ਾਂ ਨੂੰ ਵੀ ਕਿੰਨਾ ਐਕਸਪਲੇਨ ਕਰਦੇ। ਪ੍ਰੈਕਟੀਕਲ ਜ਼ਿਆਦਾ ਵਾਰ ਕੀਤਾ ਜਾਂਦਾ ਵਾ, ਜਿੱਦਾਂ ਇੰਡੀਆ ਤੁਹਾਨੂੰ ਪਤਾ ਪ੍ਰੈਕਟੀਕਲ ਜ਼ਿਆਦਾ ਲਿਖਣ ਦੀ ਬਸ ਕਾਫੀਆਂ ਗੱਲਾਂ ਕਰੀਏ, ਇੱਥੇ ਤੁਹਾਨੂੰ ਪਤਾ ਮੇਨ ਬੱਚੇ ਨੂੰ ਸਿਖਾਉਂਦੇ ਕਿ ਟੀਚਰ ਦਾ ਜਿਹੜਾ ਕੰਮ ਆਵੇ। ਇੱਥੇ ਲਿਖਣ ਲੋਕਾਂ ਦਾ ਕੰਮ ਨਹੀਂ, ਮੇਨ ਮੁੱਦਾ ਕੀ ਆ, ਸਲਾਈਡ ਸੋਹਣੀਆਂ, ਪ੍ਰੈਜੈਂਟੇਸ਼ਨ ਚੱਲੂਗੀ, ਤੁਹਾਨੂੰ ਟੀਚਰ ਐਕਸਪਲੇਨ ਕਰੂਗਾ ਵੀ ਆਹ ਚੀਜ਼ ਆ ਜਾਂਦੀ, ਆਹ ਚੀਜ਼ ਆ ਜਾਂਦੀ ਹੈ। ਮੇਨ ਮੁੱਦਾ ਇਹੀ ਆ ਵੀ ਉਹ ਦਿਖਾਇਆ ਜਾਂਦਾ ਵੀ ਕਰਕੇ ਕਿਸੇ ਜਿੱਦਾਂ ਬਾਇਓਗ੍ਰਾਫੀ ਜਾਂ ਕੁਛ ਤੇ ਵੀ ਕੁਛ ਕਰਕੇ ਵੀ ਇਸ ਤਰ੍ਹਾਂ ਇਹ ਚੀਜ਼ ਚੱਲਦੀ ਹੈ, ਇਸ ਤਰ੍ਹਾਂ ਹੁੰਦੀ ਹੈ। ਮੇਨ ਮੁੱਦਾ ਪ੍ਰੈਜੈਂਟੇਸ਼ਨ ਦਾ ਅਤੇ ਸਲਾਈਡ 'ਤੇ ਜਿਹੜੀ ਉਹ ਸ਼ੋਅ ਕਰਦੇ ਉਹਦੇ ਆ, ਅਤੇ ਥਿਊਰੀ ਲਿਖਣ ਕੁਛ ਨਹੀਂ ਕਹਿੰਦੇ ਉਹ, ਸਿਰਫ ਜਸਟ ਅਸਾਈਨਮੈਂਟ ਵਾਲੇ ਆਪਾਂ ਲਿਖਣੀਆਂ ਹੁੰਦੀਆਂ, ਅਦਰਵਾਈਜ਼ ਕੁਛ ਨਹੀਂ। ਅਤੇ ਮਤਲਬ ਕਲਾਸ 'ਚ ਸਟੂਡੈਂਟ ਦਾ ਵੀ ਜ਼ਿਆਦਾ ਉਹ ਕਰਦੇ ਹੈ ਨਾ, ਵੀ ਤੁਸੀਂ ਆਪਦਾ ਦਿਮਾਗ ਯੂਜ਼ ਕਰੋ, ਹੈ ਨਾ, ਜਿਵੇਂ ਕਹਿ ਰਹੇ ਕੁਛ ਨਹੀਂ ਪੁੱਛਦੇ ਹੁੰਦੇ ਵੀ ਮਤਲਬ ਕਿਉਂ ਜਾਂਦਾ, ਗਰੁੱਪ ਡਿਸਕਸ਼ਨ, ਹਾਂ ਗਰੁੱਪ ਡਿਸਕਸ਼ਨ, ਦੋ ਤਿੰਨ ਟੀਮਾਂ ਹੀ ਬਣਵਾ ਦਿੰਦੇ ਕਿ ਵੀ ਨੈਟ ਦੀ ਹੈਲਪ ਨਾਲ ਲਓ, ਤੁਸੀਂ ਆਪਣੇ ਮਾਈਂਡ ਦੇ ਨਾਲ ਸਾਨੂੰ ਸੋਲੂਸ਼ਨ ਦੱਸੋ, ਨਾਲੇ ਉਹਦੇ ਨਾਲ ਇੰਜੋਏ ਆ ਹੁੰਦਾ ਬਾਬੇ, ਹੈ ਨਾ, ਕੋਈ ਉਹ ਚੱਕਰ ਵਾਲੀ ਗੱਲ ਨਹੀਂ ਵੀ ਹਾਂ ਜਿਵੇਂ ਆਪਣੇ ਵਾਲੇ ਬੇਇੱਜ਼ਤੀ ਕਰ ਦਿੰਦੇ ਆਪਣੇ ਵਾਲੇ ਗੱਲ ਨਹੀਂ, ਕੋਈ ਅੱਧੇ ਵਾਲੀ ਸਿਰ ਲਾਉਂਦੇ ਆਪਣੇ ਵਾਲੇ ਜੇ ਕੋਈ ਤੁਸੀਂ ਗਲਤ ਟੀਚਰ ਤੁਹਾਨੂੰ ਸਿਖਾਏਗਾ। ਹਾਂ, ਇੱਥੇ ਇਹ ਫਾਇਦਾ ਬਾਹਰ ਬਸ ਜਿਵੇਂ ਆਪਾਂ ਉਧਰ ਸੰਗ ਜਾਂਦੇ ਆ, ਹੈ ਨਾ, ਵੀ ਯਾਰ ਟੀਚਰ ਆਪਾਂ ਨੂੰ ਉੱਥੇ ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਕੁਛ ਤਾਂ ਬੋਲੋ ਭਾਵੇਂ ਗਲਤ ਹੀ ਬੋਲੋ, ਪਰ ਆਪਾਂ ਉੱਥੇ ਬੋਲਦੇ ਨਹੀਂ। ਹਾਂ ਬਾਬੇ, ਉਹ ਚਮਿੰਦਰ ਭੋਰ ਦਿੰਦਾ ਹੁੰਦਾ, ਬੋਲਦਾ ਨਹੀਂ ਹੁੰਦਾ, ਮੈਨੂੰ ਕਿਹੜਾ ਕਰ ਦਿੰਦਾ ਹੈ, ਮੈਨੂੰ ਤੁਹਾਨੂੰ ਪਤਾ ਅੰਗਰੇਜ਼ੀ 'ਚ ਆਪਣਾ ਹੱਥ ਥੋੜ੍ਹਾ ਟਾਈਟ ਹੀ ਹੈ ਅਤੇ ਪਰ ਚਲਾ ਦੇ ਜੀ ਟੁੱਟੀ ਫੁੱਟੀ ਜੀ, ਮੁੜ ਕੇ ਕੋਈ ਚੱਕਰ, ਤੁਹਾਨੂੰ ਪਤਾ ਇੰਡੀਆ 'ਚ ਤਾਂ ਪਤਾ ਕਿ ਸਾਰਿਆਂ ਨੂੰ ਅਸੀਂ ਸਰ ਜਾਂ ਮੈਡਮ ਕਹਿਣਾ, ਇੱਥੇ ਸਾਰੇ ਕਹਿੰਦੇ ਸਾਨੂੰ ਸਰ ਜਾਂ ਮੈਡਮ ਨਹੀਂ ਕਹਿਣਾ, ਇਹਨਾਂ ਦਾ ਜਿਹੜਾ ਸਾਡਾ ਫਸਟ ਜਾਂ ਲਾਸਟ ਟਾਈਮ ਉਹ ਤੋਂ ਬੁਲਾਓ। ਇਹ ਇੱਥੇ ਦਾ ਰਹਿਣਾ ਸਹੀ ਹੈ, ਸਹੀ ਹੈ, ਜੋ ਕਿ ਵਧੀਆ ਵੀ ਗੱਲ ਆ, ਬਟ ਸਾਡੇ ਇੰਡੀਅਨਸ ਦੇ ਲਈ ਹਜੇ ਥੋੜ੍ਹਾ ਜਿਹਾ ਕੰਪਲੀਕੇਟਿਡ ਲੱਗਦਾ, ਕਿਉਂਕਿ ਸਟਾਰਟਿੰਗ ਹੈ ਅਤੇ ਆਪਾਂ ਕਿਸੇ ਨੂੰ ਆਪਣੇ ਵੱਡੀ ਉਮਰ ਤੋਂ ਕਿਸੇ ਨੂੰ ਨਾਮ ਨਾਲ ਨਹੀਂ ਬੁਲਾਉਂਦੇ, ਆਪ ਨੂੰ ਆਪ ਨੂੰ ਚੰਗੀ ਲੱਗਦੀ ਹੈ, ਢੱਠੇ ਉੱਧਰ ਗਾਵਾਂ ਅਤੇ ਆਲ ਓਵਰ ਮਤਲਬ ਕਿ ਯੂਨੀਵਰਸਿਟੀ ਵਧੀਆ ਆਪਣੀ ਯੂਨੀਵਰਸਿਟੀ, ਪਰ ਆਏ ਆ ਜਿਵੇਂ ਹੁਣ ਵਧੀਆ ਬਾਬੇ ਕਰਾਉ ਲੈਗਾ ਯਾਰ, 3 ਘੰਟੇ ਸਬਰ ਕਰਕੇ ਆਏ ਇੱਥੋਂ ਹੁਣ ਬਰਮਿੰਗਮ, ਉਹ ਦੇਖ ਲਓ ਆਪਦਾ ਜਿਹਨੇ ਚੂਜ਼ ਕਰਨੀ ਹੈ ਵੀ ਸਫ਼ਰ ਕਰ ਸਕਦੇ ਹਾਂ। ਇੱਕ ਆਹ ਮੇਨ ਉਹ ਆ ਗਿਆ, ਮੇਨ ਕੁਐਸਚਨ ਆ ਗਿਆ ਵੀ ਯੂਨੀਵਰਸਿਟੀ ਉੱਥੇ ਹੀ ਲਓ ਜਿੱਥੇ ਤੁਸੀਂ ਰਹਿਣਾ, ਹਾਂ ਜਿੱਥੇ ਤੁਸੀਂ ਰਹਿਣਾ ਯੂਨੀਵਰਸਿਟੀ ਉੱਥੇ ਪਹਿਲਾਂ ਦੇਖ ਕੇ ਆਓ ਬਾਈ, ਅਸੀਂ ਵੀ ਕਾਲੀ ਨਹੀਂ ਕਰਨੀ, ਹਾਂ ਕਾਲੀ ਨਹੀਂ ਕਰਨੀ, ਏਜੰਟ ਨੂੰ ਨਹੀਂ ਕਹਿਣਾ, ਏਜੰਟ ਨੂੰ ਨਹੀਂ ਕਹਿਣਾ, ਤੁਸੀਂ ਵੀ ਕੋਈ ਮਰਜ਼ੀ ਯੂਨੀਵਰਸਿਟੀ ਦੇ ਦਿਓ ਵੀ ਇਸ ਤਰ੍ਹਾਂ ਜਾਣਾ, ਹੈ ਨਾ, ਸਾਡਾ ਵੀਜ਼ਾ ਲਵਾ ਕੇ ਬਾਈ। ਯੂਕੇ ਇਸ ਟਾਈਮ ਕਿਸੇ ਦਾ ਨਹੀਂ ਰਿਜੈਕਟ ਕਰ ਰਿਹਾ ਵੀਜ਼ਾ, 100% ਦੇ 100% ਵੀਜ਼ਾ ਆ ਰਹੇ ਆ, ਠੀਕ ਆ। ਅਸੀਂ ਪਹਿਲਾਂ ਚੂਜ਼ ਕੀਤੀ ਸੀ ਯੂਨੀਵਰਸਿਟੀ, ਪਰ ਸਾਡੇ ਤਾਂ ਮੇਰੇ ਤਾਂ ਆਫਰ ਲੈਟਰ ਰਿਜੈਕਟ ਹੋ ਗਏ, ਅਤੇ ਉਹ ਗੱਲ ਤਾਂ ਸੀਗੀ ਆਪਾਂ ਜਿੱਥੇ ਰਹਿਣਾ ਹੈਗਾ ਨਾ ਉੱਥੇ ਯੂਨੀਵਰਸਿਟੀ ਲਓ, ਜਿੱਥੇ ਰਹਿਣਾ ਬਈ, ਕਿਉਂਕਿ ਅਸੀਂ ਤੜਕੇ 6 ਵਜੇ ਉੱਠੇ ਹਾਂ ਅਤੇ ਮੰਨ ਲਓ ਅਸੀਂ ਪਹੁੰਚੇ ਹਾਂ ਇੱਥੇ 11 ਵਜੇ ਪਹੁੰਚੇ ਹਾਂ, 6 ਵਜੇ ਉੱਠ ਕੇ 11 ਵਜੇ ਪਹੁੰਚੇ, 5 ਘੰਟੇ ਸਫ਼ਰ ਦੇ ਵਿੱਚ ਰਹੇ ਹਾਂ, ਕਿਉਂਕਿ 2 ਘੰਟੇ ਨਹਾਉਣ ਨੂੰ ਹੁੰਦੇ ਅਤੇ ਸਮਾਨ ਸਮੂਨ, ਅਤੇ 8 ਵਜੇ ਤੋਂ ਅਸੀਂ 11 ਵਜੇ 3 ਵਜੇ ਔਖਾ ਹੋ ਜਾਂਦਾ ਹੁਣ, ਮੈਂ ਜਿਵੇਂ ਨਾਈਟ ਸ਼ਿਫਟ ਤੋਂ ਆਇਆ, ਘੰਟਾ ਵੀ ਨਹੀਂ ਸੁੱਤਾ ਮੈਂ, ਸੁੱਤਾ ਹੀ ਜੇ ਹੁਣ ਉਹੀ ਤੁਹਾਡੀ ਯੂਨੀਵਰਸਿਟੀ ਨੇੜੇ ਹੋਵੇ, ਹੈ ਨਾ, ਤੁਸੀਂ 2-3 ਘੰਟੇ ਆ ਆਰਾਮ ਨਾਲ, ਜਿਵੇਂ ਹੁਣ ਸਾਡੀ 12 ਵਜੇ ਕਲਾਸ ਸੀ, ਪਰ ਸਾਨੂੰ 8 ਵਜੇ ਤੁਰਨਾ ਪਿਆ, 6 ਵਜੇ ਸਾਨੂੰ ਰੈਡੀ ਹੋਣਾ ਪਿਆ, ਹੈ ਨਾ, ਜ਼ਿਆਦਾ ਖਾਣ ਪੀਣ ਨੂੰ ਵੀ ਬਣਾਉਣਾ ਪੈਂਦਾ, ਨਹੀਂ ਭੁੱਖੇ ਮਰ ਜਾਂਦੇ ਇੱਥੋਂ ਦਾ, ਕੁਛ ਪਸੰਦ ਨਹੀਂ ਆਉਂਦਾ, ਹੈ ਨਾ। ਗੱਲ ਇਹ ਹੈ ਬਾਈ ਕਿ ਵੀ ਜਿੱਥੇ ਤੁਸੀਂ ਜਾਣਾ ਵਾ ਯੂਨੀਵਰਸਿਟੀ, ਤੁਹਾਨੂੰ ਦੂਰ ਹੋਈ ਘੱਟੋ ਘੱਟ ਘੰਟਾ 1.5 ਘੰਟਾ ਤੁਹਾਨੂੰ ਸਰ ਯੂਨੀਵਰਸਿਟੀ ਦੂਰ ਮਿਲੇ, ਕੋਲ ਯੂਨੀਵਰਸਿਟੀ ਸਿਰਫ ਉਹਨੂੰ ਮਿਲੇਗੀ ਜਿਹੜਾ ਯੂਨੀਵਰਸਿਟੀ ਦੀ ਅਕੋਮੋਡੇਸ਼ਨ ਦੇ ਵਿੱਚ ਰਹੇਗਾ, ਜੋ ਕਿ ਤੁਹਾਨੂੰ ਪਤਾ ਕਿ ਅਸੀਂ ਇੰਡੀਅਨਸ ਬੱਚੇ ਨਹੀਂ ਜ਼ਿਆਦਾ ਪ੍ਰੈਫਰ ਕਰਦੇ, ਤੁਹਾਨੂੰ ਪਤਾ ਡਿਫਰੈਂਟ ਮਾਹੌਲ ਹੁੰਦਾ ਵਾ, ਆਪਾਂ ਸਾਰੇ ਆਪਣੇ ਯੂਨੀਵਰਸਿਟੀ ਅਕੋਮੋਡੇਸ਼ਨ ਔਖਾ ਦਿੰਦੇ ਵੀ ਨੇ ਆਪਣੇ ਵੱਲੋਂ, ਬਹੁਤ ਘੱਟ ਦਿੰਦੇ, ਬਾਕੀ ਮਾਸਟਰਸ ਵਾਲਿਆਂ ਤੋਂ ਦਿੰਦੇ ਨਹੀਂ, ਮਾਸਟਰਸ ਵਾਲਿਆਂ ਨੂੰ ਜਮਾਂ ਹੀ ਕੋਈ ਮਰਜ਼ੀ ਨਹੀਂ, ਮਾਸਟਰਸ ਵਾਲਿਆਂ ਨੂੰ ਦਿੰਦੇ ਨਹੀਂ ਬਾਬੇ ਅਕੋਮੋਡੇਸ਼ਨ, ਇਹ ਸਾਡੀ ਯੂਨੀਵਰਸਿਟੀ ਤੋਂ ਦਿੰਦੇ ਨਹੀਂ, ਹੋਰਾਂ ਦਾ ਆਪਾਂ ਨੂੰ ਪਤਾ ਨਹੀਂ, ਬਾਕੀ ਵੀ ਐਕਸਪੈਂਸਿਵ ਬਹੁਤ ਆ, ਕਿਰਾਏ ਕਿਰੂਏ ਬਹੁਤ ਮਹਿੰਗੇ, ਅਸੀਂ ਘੱਟੋ ਘੱਟ 25 ਪਾਉਂਡਾਂ 'ਚ ਬਣਾਂਗੇ ਇੱਥੋਂ, ਅਪ ਡਾਊਨ ਹੋਊਗਾ, ਉਹ ਸਾਰਾ ਦੇਖ ਕੇ ਆਓ ਆਪਦਾ, ਕਿਉਂਕਿ ਹੁਣ ਚੱਲ ਸਾਡਾ ਤਾਂ ਜਿਹੜਾ ਕੁਛ ਹੋ ਗਿਆ, ਹੁਣ ਅਸੀਂ 25 ਪਾਉਂਡ ਇੱਕ ਦਿਨ ਦੇ ਲਾਉਣੇ ਆ, ਅਸੀਂ ਮੰਥ ਦੇ ਵਿੱਚ 8 ਵਾਰੀ ਆਉਣਾ, ਠੀਕ ਆ, ਅਤੇ ਦੇਖ ਲਓ 25-8 ਕਿੰਨਾ ਹੋ ਗਿਆ,
ਯੂਨੀਵਰਸਿਟੀ ਉੱਥੇ ਦੇਖੋ ਬਾਬੇ ਜਿੱਥੇ ਤੁਸੀਂ ਰਹਿਣਾ ਹੈਗਾ ਯੂਨੀਵਰਸਿਟੀ ਲੋਕਲ ਰਹੋਗੇ ਫਿਰ ਤੁਹਾਨੂੰ ਬੱਸ ਪਾਸ ਇੱਕ ਮਹੀਨੇ ਦਾ ਬਣ ਜਾਂਦਾ ਉਹ ਜੋ ਕਿ 40-50 ਕਰੋੜ ਦਾ ਬੰਦਾ ਉਹ ਸਹੀ ਹੈ ਥੋੜਾ ਟਾਈਮ ਸੇਵ ਹੋਣਾ ਤੁਹਾਡਾ ਮਨੀ ਸੇਵ ਹੋਣੀ ਨਾਲੇ ਕੋਈ ਟੈਨਸ਼ਨ ਨਹੀਂ ਆਪਣੇ ਰੈਸਟ ਵੀ ਮਾਰ ਕਰਦੇ ਨਾਲ ਵਧੀਆ ਰਿਲੈਕਸ ਹੋ ਗਏ ਰਿਲੈਕਸ ਮਾਈਂਡ ਨਾਲ ਜਾਇਆ ਕਰੋਗੇ ਵਧੀਆ ਆਪਦਾ ਨੀਂਦ ਨੂੰ ਲੈ ਕੇ ਜਾਇਆ ਕਰੋਗੇ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਠੀਕ ਹੈ ਯੂਨੀਵਰਸਿਟੀ ਮਾੜੀ ਨਹੀਂ ਯਾਰ ਗੱਲ ਮਤਲਬ ਐਂ ਆ ਠੀਕ ਹੈ ਯੂਨੀਵਰਸਿਟੀ ਆਪਾਂ ਨਹੀਂ ਕਹਿ ਸਕਦੇ ਬਾਕੀ ਗਾਵਾਂ ਮੱਝਾਂ ਕੋਈ ਡੈਬੂ ਡੈਣ ਦੇਖਣ ਨਾਲ ਜ਼ਰੂਰ ਆਓ ਇੱਥੇ ਯੂਨੀਵਰਸਿਟੀ ਦੇ ਬਾਈ ਬਹੁਤ ਆ ਇੱਥੇ ਉਹ ਵੀ ਸਾਹਮਣੇ ਫਿਰ ਨਹੀਂ ਗਾਂ ਭੇੜਾ ਸਾਡਾ ਇੱਕ ਉਹ ਆ ਬਾਲੀ ਮਹਿੰਗੀ ਲੈਣ ਦੇ ਵੀ ਨਹੀਂ ਕੋਈ ਫਾਇਦਾ ਯੂਨੀਵਰਸਿਟੀ ਸਾਰਿਆਂ ਦੀ ਵੈਲਿਊ ਸੇਮ ਹੀ ਹੈ ਇੱਥੇ ₹10-11 lakh ਚਲੋ ਸਾਰੇ ਲੂਜ਼ ਕੱਢਤਾ ਵੀ ਭਰਨੀ ਵੀ ਸਾਰੀ ਇਕੱਠੀ ਸੀਗੀ ਉਹ ਵੀ ਨਹੀਂ ਸੀਗੀ ਵੀ ਮਤਲਬ ਅਸੀਂ ਜਾ ਕੇ ਭਰ ਦਿੰਦੇ ਯੂਨੀਵਰਸਿਟੀ ਕੋਈ ਲੈਣੀ ਆ ਬਾਈ ਵੀ ਉਹ ਸਾਰੀ ਮਹਿੰਗੀਆਂ ਹੋਣਗੀਆਂ ਮੇਰੀ ਫਸਟ ਪ੍ਰੈਫਰੈਂਸ ਲੰਡਨ ਦੇ ਵਿੱਚ ਤੁਹਾਨੂੰ ਬੜੀ ਆਪਸ਼ਨਸ ਮਿਲ ਸਕਦੀਆਂ ਨੇ ₹10,000 ਤੱਕ ਵੀ ਤੁਹਾਨੂੰ ਮਿਲ ਜਾਂਦੀ ਹੈ ਮਾਸਟਰਸ ਤੋਂ ਗ੍ਰੈਜੂਏਸ਼ਨ ਦੀ ਆਪਾਂ ਨਹੀਂ ਗੱਲ ਕਰਦੇ ਗ੍ਰੈਜੂਏਸ਼ਨ ਦੇ 3 ਸਾਲ ਦੀ ਤੁਹਾਨੂੰ ਪਤਾ ਸਾਨੂੰ ਫੀਸ ਆ ਉਸ ਹਿਸਾਬ ਨਾਲ ਆਪਣਾ ਸੋਚ ਬਾਕੀ ਬਈ ਜਲਦੀ ਜਿਵੇਂ ਕਰਨਾ ਅਪਲਾਈ ਕਰ ਦਿਓ ਕਿਉਂਕਿ ਕੰਮ ਟਾਈਟ ਹੋਈ ਜਾਂਦਾ ਬੰਦ ਕਰਨਗੇ ਲੱਗਦਾ ਜਿਹਾ ਪਿਆ ਕਿਉਂਕਿ ਜਨਤਾ ਬਹੁਤ ਆ ਗਈ ਬਈ ਸਾਡੇ ਅਸੀਂ ਜਨਤਾ ਜੀ ਮਤਲਬ ਅਸੀਂ ਵਾਲੇ ਆਏ ਆ ਆ ਜਿਹੜਾ ਹੁਣ ਅਸੀਂ ਤਾਂ ਬਹੁਤ ਡਿੱਗ ਗਿਆ ਕੰਮ ਹੀ ਨਹੀਂ ਮਿਲਦਾ ਪਿਆ ਬਈ ਘਰਾਂ ਦੇ ਰੇਟ ਚੱਕ ਤੇ ਕੁਛ ਆ ਬਾਈ ਹੁਣ ਘਰ ਪੁੱਛੀ ਜਾਂਦਾ ਚੱਲ ਧਰਤੀ ਆਪਾਂ ਬਾਕੀ ਜਲਦ ਆਪਣਾ ਘਰ ਆਪਦਾ ਆਪਲ ਘਰ ਲੈ ਰਹੇ ਹਾਂ ਅਤੇ ਫਿਰ ਖੋਪਲੀ ਕੱਢਾ ਕਰਾਂਗੇ ਚਾਹੇ ਬਲੋਗ ਵਾਲੇ ਘਰੇ ਵੀ ਚਲੋ ਹੁਣ ਮਤਲਬ ਕਿ ਯੂਨੀਵਰਸਿਟੀ ਦਾ ਆਲ ਓਵਰ ਤੁਹਾਨੂੰ ਮਿਲ ਗਈ ਹੋਣੀ ਇਨਫੋਰਮੇਸ਼ਨ ਹੈ ਨਾ ਹਰਦੀਪ ਕਹਿੰਦਾ ਕਹਿੰਦਾ ਇਨਫੋਰਮੇਸ਼ਨ ਬਲੋਗ ਬਣਾਉਣਾ ਮੈਂ ਕਿਹਾ ਚੱਲ ਠੀਕ ਆ ਜੇ ਆਪਾਂ ਯੂਨੀਵਰਸਿਟੀ ਕਵਰ ਕਰ ਲੈਂਦੇ ਨਾਲੇ ਯੂਨੀਵਰਸਿਟੀ ਜਾ ਰਹੇ ਹਾਂਜੀ ਚਲੋ ਠੀਕ ਹੈ ਬਾਬੀ ਹੁਣ ਨਾ ਤੁਹਾਨੂੰ ਯੂਨੀਵਰਸਿਟੀ ਦਾ ਥੋੜ੍ਹਾ ਟੂਰ ਕਰਾ ਦਾਂਗੇ ਹਾਂ ਉਹ ਥੋੜ੍ਹੇ ਐਡ ਕਰ ਦਾਂਗੇ ਕਲਿੱਪ ਸਾਰੇ ਕਿਸੇ ਨੇ ਕੋਈ ਮਤਲਬ ਪੁੱਛਣਾ ਹੋਵੇ ਇੰਸਟਾਗ੍ਰਾਮ ਥੱਲੇ ਮਤਲਬ ਮੈਂਸ਼ਨ ਕਰਦਾ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਆਪਦੀ ਇੰਸਟਾ ਆਈਡੀ ਪੁੱਛਣਾ ਹੋਵੇ ਦੱਸਣਾ ਹੋਵੇ ਜਦੋਂ ਮਰਜ਼ੀ ਕਾਲ ਕਰ ਲਿਓ ਵੀ ਇਹਦਾ ਮਤਲਬ ਐਨੀ ਟਾਈਮ ਬ੍ਰੋ ਐਨੀ ਬ੍ਰੋ ਅਸੀਂ 24 ਘੰਟੇ ਜਾਗਦੇ ਹੀ ਰਹਿੰਦੇ ਹਾਂਜੀ ਆ ਕੰਟੀਨ ਆ ਆਪਣੀ ਯੂਨੀਵਰਸਿਟੀ ਦੀ ਅਤੇ ਕਰੋ ਦਰਸ਼ਨ ਤਿੰਨ ਚਾਰ ਕੰਟੀਨ ਆ ਇੱਥੇ ਇੱਕ ਇਹ ਆ ਇੱਕ ਹੋਰ ਉੱਧਰ ਸਾਈਡ 'ਤੇ ਇੱਕ ਸਟੂਡੈਂਟ ਯੂਨੀਅਨ ਦੀ ਆ ਉੱਥੇ ਤਾਂ ਬਾਹਰ ਜੀ ਆ ਬੀਅਰ ਬੂਰ ਵੀ ਮਿਲਦੀ ਆ ਅਲਕੋਹਲ ਸਾਰਾ ਕੁਛ ਮਿਲਦਾ ਇੱਥੇ ਯੂਨੀਵਰਸਿਟੀ ਦੇ ਵਿੱਚ ਜੇ ਆਪਣੇ ਹੈਰਦੀਪ ਹੋਏ ਜੇ ਆਪਣੇ ਉੱਥੇ ਕਾਲਜ 'ਚ ਬੀਅਰ ਆ ਦਾਰੂ ਦੂਰੀ ਜੀ ਮਿਲਣ ਲੱਗ ਗਏ ਜੇ ਫਿਰ ਕੀ ਜਨਤਾ ਦਾ ਮਾਹੌਲ ਹੋਇਆ ਕਰੂ ਜਨਤਾ ਫਿਰ ਮੁੱਦੀ ਉਹ ਗੱਡੀ ਵੀਰਾ ਕਰੇ ਜਨਤਾ ਤਾਂ ਊਂ ਨਹੀਂ ਮਾਣ ਹੈ ਨਾ ਆਪਣੇ ਵਾਲੀ ਇਹ ਤਾਂ ਫਿਰ ਦਿਨੇ ਵੀਰ ਕਹਿੰਦੇ ਇਹਨਾਂ ਨੂੰ ਹਾਂ ਉਵੇਂ ਹੋ ਜਾਂਦਾ ਨਾ ਇਹ ਬੰਦੇ ਜਿਵੇਂ ਠੀਕ ਆ ਵੀ ਬੰਦੇ ਇੰਨੀਆਂ ਜ਼ਿਆਦਾ ਖਤੀਆਂ ਨਹੀਂ ਕਰਦੇ ਆਪਣੇ ਵਾਲੇ ਥੋੜ੍ਹੇ ਜ਼ਿਆਦਾ ਧੱਕਾ ਕਰਦੇ ਹੈ ਨਾ ਆਪਣਾ ਸਿੱਧੇ ਇਹ ਸਿੱਧੇ ਬਾਬੇ ਆਪਣੇ ਵਾਲੇ ਤਾਂ ਥੋੜ੍ਹੇ ਹਾਂ ਚਲੋ ਕੋਈ ਨਹੀਂ ਐਨੀਵੇ ਚਲੋ ਸੰਗ ਤੋਂ ਹੁਣ ਕਰ ਦਈਏ ਆਪਾਂ ਐਂਡ ਆਪਣੇ ਬਲੌਗ ਦਾ ਵਾਹਵਾ ਲੰਬਾ ਹੋ ਗਿਆ ਬਲੌਗ ਐਤਕੀ ਅਤੇ ਮੈਨੂੰ ਕਿਹਾ ਸੀ ਦੋ ਤਿੰਨ ਬਾਈਆਂ ਨੇ ਵੀ ਥੋੜ੍ਹਾ ਜਿਹਾ ਬਲੌਗ ਲੰਬਾ ਪਾਇਆ ਕਰ ਹੈ ਨਾ ਅਤੇ ਵਧੀਆ ਬਾਬੇ ਇਨਫੋਰਮੇਸ਼ਨ ਵੀ ਦਿੱਤੀ ਆ ਅਤੇ ਇਨਫੋਰਮੇਟਿਵ ਬਲੌਗ ਮੈਂ ਸੋਚ ਰਿਹਾ ਸੀ ਵੀ ਲੈ ਕੇ ਆਈਏ ਕੁਛ ਨਾ ਕੁਛ ਨਾ ਅਤੇ ਆਸ ਕਰਦਾ ਵੀ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਊਗਾ ਅਤੇ ਜੇ ਕੋਈ ਵੀ ਕੁਐਸਚਨ ਹੁੰਦਾ ਬਾਬੇ ਉਹ ਤਾਂ ਥੱਲੇ ਕਮੈਂਟ ਬੋਕਸ ਦੇ ਵਿੱਚ ਆਪਦਾ ਕਮੈਂਟ ਕਰਕੇ ਛੱਡ ਦਿਓ ਆਪਾਂ ਰਿਪਲਾਈ ਕਰ ਦਾਂਗੇ ਅਤੇ ਮੈਂ ਡਿਸਕ੍ਰਿਪਸ਼ਨ 'ਚ ਆਪਦੀ ਇੰਸਟਾ ਆਈ ਡੀ ਮੈਨਸ਼ਨ ਕਰ ਦੂੰਗਾ ਅਤੇ ਤੁਸੀਂ ਮੈਨੂੰ ਇੰਸਟਾ 'ਤੇ ਵੀ ਮੈਸੇਜ ਕਰ ਸਕਦੇ ਹੋ ਕੁਛ ਵੀ ਪੁੱਛਣਾ ਹੋਇਆ UK ਦੇ ਰਿਲੇਟਡ ਆ ਨਾ ਆਪਾਂ ਧਿਆਨ ਆ ਬਾਬੇ ਕੋਈ ਚੱਕਰ ਨਹੀਂ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਠੀਕ ਹੈ ਬਾਬੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ।